ਆਪ ਜੀ ਦੀ ਮਹਾਨ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਉਹ ਸਰਦਾਰ ਭਗਵੰਤ ਮਾਨ ਸਿੰਘ ਜੀ ਸੱਚੇ ਪਾਤਸ਼ਾਹ ਮੁੱਖ ਮੰਤਰੀ ਪੰਜਾਬ ਅਤੇ ਆਪ ਜੀ ਦੇ ਸੱਚੇ ਪਾਤਸ਼ਾਹ ਨਗਰ ਸ਼ਾਹਪੁਰ ਜਾਜਣ ਸਰਬੱਤ ਗੁਰਸਿੱਖ ਸੰਗਤਾਂ ਮਿਲ ਕਰਕੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਰੰਧਾਵਾ ਸਰਬੱਤ ਗੁਰਸਿੱਖ ਸੰਗਤਾਂ ਸੱਚੇ ਪਾਤਸ਼ਾਹ ਨੂੰ ਪਿਆਰ ਸਦਕਾ ਉਦਮ ਦੇ ਨਾਲ ਸੱਚੇ ਪਾਤਸ਼ਾਹ ਗੁਰਦੁਆਰਿਆਂ ਗੁਰਧਾਮਾਂ ਦੀ ਯਾਤਰਾ ਵਾਸਤੇ ਗੱਡੀ ਲੈ ਕੇ ਚੱਲਿਆ। ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰਸਿੱਖ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਯਾਤਰਾ ਕਰਨ ਦਾ ਉਦਮ ਬਲ ਤੇ ਉਤਸ਼ਾਹ ਬਖਸ਼ਣਾ। ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਵਿੱਚ ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋਆ ਦੇ ਮੁੱਖ ਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਯਾਤਰਾ ਵਿੱਚ ਸਹਾਈ ਹੋਣਾ। ਸਰਬੱਤ ਦੇ ਕਾਰਜ ਰਾਸ ਕਰਨੇ, ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਨਾਮ ਚਿੱਤ ਆਵੇ ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਆਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਖ ਜਾਏ ਨਿਹਾਲ ਹੋ ਜਾਏ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਪਿੰਡ ਸ਼ਾਹਪੁਰ ਜਾਜਣ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਹਰਦੀਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਯਾਤਰੀਆਂ ਦੀ ਬੱਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸੰਬੰਧੀ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸੰਗਤਾਂ ਵੱਖ ਵੱਖ ਧਾਰਮਿਕ ਸਥਾਨਾਂ ਤੇ ਦਰਸ਼ਨ ਕਰ ਰਹੀਆਂ ਹਨ। ਅੱਜ ਬੱਸ ਵਿੱਚ ਗਏ ਸ਼ਰਧਾਲੂਆਂ ਵਿੱਚ ਪੂਰੀ ਖੁਸ਼ੀ ਤੇ ਉਤਸ਼ਾਹ ਸੀ। ਉਹਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਸੰਗਤਾਂ ਨੂੰ ਇੱਕ ਕਿੱਟ ਵੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਲੋੜੀਂਦਾ ਸਮਾਨ ਹੈ। ਉਹਨਾਂ ਦੱਸਿਆ ਕਿ ਯਾਤਰੀਆਂ ਦੇ ਆਉਣ ਜਾਣ ਸਮੇਂ ਅਤੇ ਰਸਤੇ ਵਿੱਚ ਚਾਹ ਤੇ ਖਾਣ ਪੀਣ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੀਰਥ ਯਾਤਰਾ ਜਿਹੜੀ ਸਟਾਰਟ ਕੀਤੀ ਗਈ ਹੈ, ਤੁਸੀਂ ਵੀ ਜਾ ਰਹੇ ਜੀ, ਕੀ ਮਹਿਸੂਸ ਕਰ ਰਹੇ ਆ? ਦੇਖੋ ਜੀ, ਇਹ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਆ, ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਆ। ਕਈਆਂ ਕੋਲੋਂ ਜਾਇਆ ਨਹੀਂ ਜਾਂਦਾ ਤੀਰਥ ਸਥਾਨਾਂ ਤੇ ਫਾਈਨੈਂਸ਼ੀਅਲੀ ਅਵਸਥਾ ਦੇ ਵਿੱਚ, ਤੇ ਇਸ ਕਰਕੇ ਜਿਹੜੀ ਇਹ ਉਪਰਾਲਾ ਉਹਨਾਂ ਨੇ ਕੀਤਾ ਆ, ਇਹ ਅੱਜ ਅਨੰਦਪੁਰ ਸਾਹਿਬ ਬੱਸ ਜਾ ਰਹੀ ਆ, ਤੇ ਜਿੰਨੇ ਵੀ ਜਾ ਰਹੇ, ਜਿਹੜੇ ਨਹੀਂ ਜਾ ਸਕਦੇ ਕਈ ਐਸੇ ਸੱਜਣ ਵੀ ਹੈਗੇ ਨੇ, ਤੇ ਇਸ ਕਰਕੇ ਉਹਨਾਂ ਵਾਸਤੇ ਬਹੁਤ ਸ਼ਲਾਘਾਯੋਗ ਇਹ ਉਪਰਾਲਾ ਆ ਪੰਜਾਬ ਸਰਕਾਰ ਵਾਸਤੇ। ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ, ਕੀ ਅਰਦਾਸ ਬੇਨਤੀ ਕਰੋਗੇ? ਅਸੀਂ ਗੁਰਧਾਮ ਜਾ ਕੇ ਅਰਦਾਸ ਬੇਨਤੀ ਇਹੋ ਕਰਾਂਗੇ ਕਿ ਸਰਕਾਰ ਦੀ ਚੜ੍ਹਦੀ ਕਲਾ ਹੋਵੇ ਤੇ ਹੋਰ ਵਧੀਆ ਕੰਮ ਕਰਨ ਦਾ ਇਹਨਾਂ ਨੂੰ ਪਰਮਾਤਮਾ ਸਮਰਥ ਬਖਸ਼ੇ ਤੇ ਹਮੇਸ਼ਾ ਹਮੇਸ਼ਾ ਵਧੀਆ ਕੰਮ ਕਰਦੇ ਰਹਿਣ। ਅੱਜ ਜਿਹੜੀ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਜਿਹੜੇ ਪੰਜਾਬ ਦੀਆਂ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣ ਵਾਸਤੇ ਜਿਹੜੀ ਮੁਹਿੰਮ ਆਰੰਭੀ ਗਈ ਆ, ਉਸੇ ਤਹਿਤ ਹੀ ਅੱਜ ਜਿਹੜੀ ਬੱਸ ਜਿਹੜੀ ਆ ਪਿੰਡ ਸ਼ਾਹਪੁਰ ਜਾਜਣ ਤੋਂ, ਸ਼ਾਹਪੁਰ ਜਾਜਣ ਦੀ ਸੰਗਤਾਂ ਨਾਲ ਦੇ ਪਿੰਡਾਂ ਦੀਆਂ ਹੋਰ ਸੰਗਤ ਸ਼ਾਹਪੁਰ ਜਾਜਣ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹਿਲਾਂ ਦਰਸ਼ਨ ਕਰਨੇ ਨੇ ਸੰਗਤ ਨੇ,
ਫਿਰ ਵਾਪਸ ਆਉਂਦਿਆਂ ਦਰਬਾਰ ਸਾਹਿਬ ਅੰਮ੍ਰਿਤਸਰ ਹੋ ਕੇ ਤਾਂ ਵਾਪਸ ਜਿਹੜਾ ਵਾ ਸਾਰੀ ਸੰਗਤ ਨੂੰ ਲੈ ਕੇ ਬੱਸ ਇੱਥੇ ਆਉਣਾ। ਸਰ ਕਿੰਨੇ ਯਾਤਰੀ ਜਿਹੜੇ ਜਾ ਰਹੇ ਨੇ ਅੱਜ? ਲਗਭਗ 43 ਯਾਤਰੀ ਜਿਹੜੇ ਆ ਉਹ ਬੱਸ 'ਚ ਜਾਣਗੇ ਅਤੇ ਬੜਾ ਵੱਡਾ ਉਦਮ ਹੈ ਮੁੱਖ ਮੰਤਰੀ ਪੰਜਾਬ ਦਾ ਕਿ ਜਿਹਨਾਂ ਕਰਕੇ ਅੱਜ ਸੰਗਤਾਂ ਇਹ ਉਹ ਲੋਕ ਜਾ ਰਹੇ ਨੇ ਜਿਨ੍ਹਾਂ ਦੇ ਕੋਲ ਇੰਨੀ ਗੁੰਜਾਇਸ਼ ਨਹੀਂ ਗਿਆ ਕਿ ਉਹ ਆਪਣੇ ਖਰਚੇ 'ਤੇ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹੋਣ। ਇਸ ਕਰਕੇ ਉਹਨਾਂ ਲੋਕਾਂ ਵਾਸਤੇ ਬੜੀ ਵੱਡੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਘਰੋਂ ਫਾਈਨੈਂਸ਼ਲੀ ਤੌਰ 'ਤੇ ਇੰਨੇ ਸਟਰੋਂਗ ਨਹੀਂ ਗੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਉਹ ਗੁਰਧਾਮਾਂ ਦੇ ਦਰਸ਼ਨ ਜਿਹੜੀ ਪੰਜਾਬ ਸਰਕਾਰ ਕਰਾ ਰਹੀ। ਸਰ ਕਿੰਨੇ ਦਿਨ ਦੀ ਜਿਹੜੀ ਹੈ ਯਾਤਰਾ ਹੈਗੀ ਹੈ? ਦੇਖੋ ਮੇਰੇ ਖਿਆਲ ਇਹ ਤਾਂ ਸ਼ਾਮ ਨੂੰ ਆ ਜਾਣੀ ਵਾਪਸ, ਬਾਕੀ ਆਪਾਂ ਟ੍ਰੇਨਾਂ ਜਿਹੜੀਆਂ ਸੀਗੀਆਂ ਉਹ ਵਰਿੰਦਰਾਵਨ ਨੂੰ, ਹਜੂਰ ਸਾਹਿਬ ਨੂੰ, ਪਟਨਾ ਸਾਹਿਬ ਨੂੰ ਜਿਹੜੀਆਂ ਉਹ ਚਲਾਈਆਂ ਸੀਗੀਆਂ ਪੰਜਾਬ ਸਰਕਾਰ ਨੇ। ਉਹ ਸੈਂਟਰ ਸਰਕਾਰ ਨੇ ਜਿਹੜਾ ਲਗਭਗ ਸਾਡਾ 2 ਕਰੋੜ ਰੁਪਇਆ ਪੇ ਵੀ ਕਰ ਦਿੱਤਾ, ਪਰ ਸੈਂਟਰ ਸਰਕਾਰ ਨੇ ਸਾਨੂੰ ਜਿਹੜੀਆਂ ਟ੍ਰੇਨਾਂ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਕਰਕੇ ਸਾਡਾ ਉਹ ਵੀ ਸਾਡਾ ਪੰਜਾਬ ਸਰਕਾਰ ਦੀ ਮੰਸ਼ਾ ਸੀਗੀ ਕਿ ਸਾਰੇ ਗੁਰਧਾਮ ਭਾਵੇਂ ਹਿੰਦੂ ਆ, ਅਜਮੇਰ ਸ਼ਰੀਫ ਆ, ਸਾਰੇ ਥਾਂ ਜਿਨ੍ਹਾਂ 'ਤੇ ਜਿਹੜੇ ਜਿਹਦੀ ਜਿੱਥੇ ਵੀ ਆਸਥਾ ਜੁੜੀ ਆ ਉੱਥੇ ਉੱਥੇ ਇਹਨਾਂ ਨੂੰ ਗੁਰਧਾਮਾਂ ਦੇ ਦਰਸ਼ਨ ਜਿਹੜੇ ਸੀ ਕਰਾਉਣੇ ਸੀਗੇ। ਤਾਂ ਕੁਛ ਉੱਪਰ ਲੈਵਲ 'ਤੇ ਜਿਹੜੀਆਂ ਰੁਕਾਵਟਾਂ ਪੈ ਗਈਆਂ, ਪਰ ਪੰਜਾਬ ਲੈਵਲ 'ਤੇ ਜਿਹੜਾ ਸਾਡਾ ਵਾ ਅਸੀਂ ਗੁਰਧਾਮਾਂ 'ਤੇ ਸਾਰਿਆਂ ਦੇ ਪੰਜਾਬ ਦੀ ਸੰਗਤ ਨੂੰ ਦਰਸ਼ਨ ਜਿਹੜੇ ਉਹ ਕਰਾਉਣੇ।